ਤੁਸੀਂ ਮੈਨੂੰ ਇੱਕ ਸਿੱਖ ਬੀਬੀ ਦਾ ਨਾਮ ਦੱਸੋ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਸੀ, ਪਤੀ ਵੀ ਗੁਰੂ, ਪੁੱਤਰ ਵੀ ਗੁਰੂ, ਪੋਤਾ ਵੀ ਗੁਰੂ ਅਤੇ ਪੜਪੋਤਾ ਵੀ ਗੁਰੂ ਸੀ। ਕਮਾਲ ਹੋ ਗਈ। ਹਾਂਜੀ ਹਾਂਜੀ, ਉਸ ਗੁਰਸਿੱਖ ਬੀਬੀ ਦਾ ਨਾਮ ਦੱਸਣਾ ਭਾਈ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ, ਜਿਨ੍ਹਾਂ ਦੇ ਪਤੀ ਵੀ ਗੁਰੂ, ਪੁੱਤਰ ਵੀ ਗੁਰੂ, ਪੋਤਾ ਵੀ ਗੁਰੂ ਤੇ ਪੜਪੋਤਾ ਵੀ ਗੁਰੂ। ਦਿਓ ਜੀ ਕਮੈਂਟ ਰਾਹੀਂ ਜਵਾਬ, ਜਿਹਨਾਂ ਨੂੰ ਪਤਾ ਹੈ। ਬੜਾ ਹੀ ਇੰਟਰਸਟਿੰਗ ਸਵਾਲ ਲੈ ਕੇ ਆਏ ਨੇ। ਕਈ ਵਾਰੀ ਕੀ ਹੁੰਦਾ, ਇਹ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ। ਇਸ ਕਰਕੇ ਜਿਹੜੀ ਵੀਡੀਓ ਹੁੰਦੀ ਹੈ ਨਾ ਸਾਡੀਆਂ, ਇਹ ਬੱਚਿਆਂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਆ ਕਰੋ। ਹਾਂ, ਕਿਉਂਕਿ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਜਾਏਗਾ। ਇੱਕੋ ਵੀਡੀਓ ਵਿੱਚ ਸਵਾਲ, ਕਈ ਵਾਰ ਇੱਕ ਹੀ ਹੁੰਦਾ, ਕਈ ਵਾਰ ਵੀਰ ਕਹਿ ਦਿੰਦੇ ਨੇ ਸਵਾਲ ਇੱਕ ਹੁੰਦਾ, ਪਰ ਇੱਕ ਸਵਾਲ ਦੇ ਵਿੱਚ ਅਸੀਂ ਇੰਨੀ ਸਾਰੀ ਗੱਲਾਂ ਕਰ ਲੈਂਦੇ ਹਾਂ, ਬੜਾ ਕੁਝ ਸਿੱਖਣ ਨੂੰ ਮਿਲ ਜਾਂਦਾ। ਬਿਲਕੁਲ ਜੀ। ਖੈਰ, ਤਾਂ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਸ ਸਿੱਖ ਬੀਬੀ ਦੇ ਬਾਰੇ। ਹਾਂਜੀ, ਆਪ ਜੀ ਨੇ ਕਿਹਾ ਕਿ ਇੱਕ ਸਿੱਖ ਬੀਬੀ, ਇੱਕ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ, ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ, ਜਿਨ੍ਹਾਂ ਦੇ ਪਤੀ ਵੀ ਗੁਰੂ, ਜਿਨ੍ਹਾਂ ਦਾ ਪੁੱਤਰ ਵੀ ਗੁਰੂ, ਪੋਤਾ ਵੀ ਗੁਰੂ ਤੇ ਪੜਪੋਤਾ ਵੀ ਗੁਰੂ। ਇਹ ਬੜੀ ਲੰਬੀ ਰਿਸ਼ਤੇ ਤੁਸੀਂ ਕੱਢੀ, ਪੜਪੋਤਾ ਵੀ ਗੁਰੂ। ਹਾਂਜੀ। ਖੈਰ, ਤੇ ਇਹਦਾ ਮੈਂ ਜਵਾਬ ਦੇ ਦੇਣਾ ਜੀ ਸਟਾਰਟਿੰਗ ਦੇ ਵਿੱਚ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿਵੇਂ। ਇਹਦਾ ਜਵਾਬ ਹੈ ਜੀ ਬੀਬੀ ਭਾਨੀ ਜੀ। ਜਵਾਬ ਸਹੀ ਹੈ, ਬਿਲਕੁਲ ਸਹੀ ਹੈ, ਬੀਬੀ ਭਾਨੀ ਜੀ। ਹੁਣ ਕਿਵੇਂ ਇਸ ਗੱਲ ਨੂੰ ਸਮਝਦੇ ਹਾਂ ਆਪਾਂ। ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਜੀ? ਗੁਰੂ ਅਮਰਦਾਸ ਜੀ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ। ਬੀਬੀ ਭਾਨੀ ਜੀ ਦੇ ਪਤੀ ਦਾ ਕੀ ਨਾਮ ਸੀਗਾ ਜੀ? ਗੁਰੂ ਰਾਮਦਾਸ ਜੀ। ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਪੁਰਾਣਾ ਨਾਮ ਸੀਗਾ ਭਾਈ ਜੇਠਾ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਬੀਬੀ ਭਾਨੀ ਜੀ ਦੇ ਸਪੁੱਤਰ ਦਾ ਕੀ ਨਾਮ ਸੀ? ਗੁਰੂ ਅਰਜਨ ਸਾਹਿਬ ਜੀ। ਵੈਸੇ ਤਿੰਨ ਸਪੁੱਤਰ ਸਨ, ਠੀਕ ਹੈ, ਲੇਕਿਨ ਜੇ ਆਪਾਂ ਗੁਰੂ ਦੀ ਗੱਲ ਕਰ ਰਹੇ ਹਾਂ ਤਾਂ ਗੁਰੂ ਅਰਜਨ ਸਾਹਿਬ ਜੀ, ਠੀਕ ਹੈ। ਅਤੇ ਉਸ ਤੋਂ ਬਾਅਦ ਆਪ ਜੀ ਨੇ ਕਿਹਾ ਕਿ ਪੋਤੇ, ਅਤੇ ਬੀਬੀ ਭਾਨੀ ਜੀ ਦੇ ਪੋਤੇ ਕੌਣ ਹੋਏ? ਗੁਰੂ ਅਰਜਨ ਸਾਹਿਬ ਜੀ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ। ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ। ਅਤੇ ਅਗਲੀ ਗੱਲ ਜਿਹੜੀ ਆਪ ਜੀ ਕੀਤੀ ਹੈ ਕਿ ਉਸ ਸਿੱਖ ਬੀ ਮਤਲਬ ਉਹਨਾਂ ਦੇ ਪੜਪੋਤੇ, ਅਤੇ ਪੜਪੋਤੇ ਕੌਣ ਹੋਏ ਬੀਬੀ ਭਾਨੀ ਜੀ ਦੇ? ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। ਛੇਵੀਂ ਪਾਤਸ਼ਾਹੀ ਦੇ ਸਪੁੱਤਰ ਹਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ। ਤਾਂ ਇਹ ਸਵਾਲ ਸਹੀ ਜਵਾਬ ਆਏਗਾ ਜੀ ਬੀਬੀ ਭਾਨੀ ਜੀ। ਦੇਖੋ ਬੀਬੀ ਭਾਨੀ ਕਿੰਨੇ ਮਾਣ ਵਾਲੀ ਗੱਲ ਹੈ, ਜਿਨ੍ਹਾਂ ਦਾ ਪਿਤਾ ਵੀ ਗੁਰੂ, ਬਿਲਕੁਲ, ਪੁੱਤਰ ਵੀ ਗੁਰੂ, ਪਤੀ ਵੀ ਗੁਰੂ, ਪੋਤਾ ਵੀ ਗੁਰੂ, ਪੜਪੋਤਾ ਵੀ ਗੁਰੂ। ਬੜੇ ਮਾਣ ਵਾਲੀ ਕਹਿ ਸਕਦੇ ਕਿ ਪੰਜ ਪੀੜ੍ਹੀਆਂ ਨੇ ਜਿਹੜੀਆਂ ਉਹ ਗੁਰੂਆਂ ਨਾਲ ਹੀ ਚੱਲੀਆਂ ਨੇ ਇਹਨਾਂ ਦੀਆਂ। ਜੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ। ਜੇ ਤੁਹਾਡੇ ਮਾਈਂਡ ਦੇ ਵਿੱਚ ਵੀ ਕੋਈ ਇਹੋ ਜਿਹਾ ਕੁਐਸਚਨ ਆਉਂਦਾ ਜੀ, ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਅਸੀਂ ਉਹਦੇ ਉੱਤੇ ਸਟੱਡੀ ਕਰਕੇ ਆਪ ਜੀ ਨੂੰ ਉਸ ਸਵਾਲ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਬਿਲਕੁਲ ਜੀ। ਲੇਕਿਨ ਸਵਾਲ ਉਹ ਕਰਿਆ ਕਰੋ ਜਿਨ੍ਹਾਂ ਦੇ ਜਵਾਬ ਬਣਦੇ ਹਨ। ਇੱਕ ਵੀਰ ਨੇ ਸਵਾਲ ਕੀਤਾ ਜੀ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਜਾਂ ਮਹਿਤਾ ਕਾਲੂ ਜੀ, ਉਹਨਾਂ ਦਾ ਕੀ ਧਰਮ ਸੀ? ਹੁਣ ਇਸ ਸਵਾਲ ਦਾ ਮੈਂ ਕੀ ਜਵਾਬ ਦਿਆਂ ਤੁਸੀਂ ਆਪ ਦੱਸੋ ਕਮੈਂਟ ਕਰਕੇ। ਕਿਉਂਕਿ ਸਿੱਖ ਧਰਮ ਦੀ ਜੇ ਆਪਾਂ ਗੱਲ ਕਰੀਏ, ਸਿੱਖੀਜ਼ਮ ਦੀ ਗੱਲ ਕਰੀਏ, ਤਾਂ ਉਹ ਸ਼ੁਰੂਆਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ। ਬਿਲਕੁਲ। ਅਤੇ ਉਹਨਾਂ ਦੇ ਪਿਤਾ ਜੀ ਦਾ ਕੀ ਧਰਮ ਸੀ, ਉਹਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਹਿਸਾਬ ਨਾਲ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਫ਼ ਤੌਰ 'ਤੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ ਜੀ। ਜਦ ਉਹਨਾਂ ਨੇ ਹੀ ਗੱਲ ਕਲੀਅਰ ਕਰਤੀ, ਫਿਰ ਆਪਾਂ ਉਹੀ ਗੱਲਾਂ ਬਾਰ ਬਾਰ ਇੱਥੇ ਆਪਾਂ ਉਹਨਾਂ ਦੇ ਕੁਐਸਚਨ ਪੁੱਟ ਕਰ ਰਹੇ ਹਾਂ। ਹਾਂ, ਕਿ ਆਪਾਂ ਉਹ ਪਾਸਟ ਉਹਨਾਂ ਦਾ ਉਹ ਕਿਉਂ ਲੈ ਕੇ ਆ ਰਹੇ ਹਾਂ ਜਿਹਨੂੰ ਉਹ ਆਪ ਹੀ ਅਸੈਪਟ ਨਹੀਂ ਕਰ ਰਹੇ, ਠੀਕ ਹੈ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਕੁਐਸਚਨ ਉਹ ਪੁੱਛੋ ਜਿਹਦਾ ਜਵਾਬ ਅਸੀਂ, ਦੇਖੋ ਅਸੀਂ ਸਵਾਲ ਜਵਾਬ ਉਹ ਕਰਦੇ ਹਾਂ ਜੋ ਕਿ ਪੇਪਰਾਂ ਵਿੱਚ ਵੀ ਆ ਸਕਣ। ਅਸੀਂ ਕੋਈ ਦੇਖੋ ਪ੍ਰਚਾਰਕ ਨਹੀਂ ਹੈਗੇ, ਵਿਦਵਾਨ ਨਹੀਂ ਹੈਗੇ, ਅਸੀਂ ਸੋਚਦੇ ਹਾਂ ਕਿ ਚਲੋ ਸੌਖੇ ਤਰੀਕੇ ਨਾਲ ਬੱਚਿਆਂ ਨੂੰ
ਇਤਿਹਾਸ ਨਾਲ ਜੋੜੀਏ, ਅਸੀਂ ਵੀ ਜੁੜੀਏ, ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ। ਮੈਂ ਆਪਣੀ ਗੱਲ ਕਰਦਾ, ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਇਸ ਕਰਕੇ ਜਿਹੜੀ ਚੀਜ਼ ਸਿੱਖਣ ਨੂੰ ਮਿਲਦੀ ਹੈ ਅਪਣਾ ਲਓ, ਜਿਹੜੀ ਗੱਲ ਗਲਤ ਲੱਗਦੀ ਸਾਡੇ ਧਿਆਨ 'ਚ ਲਿਆ ਸੁਧਾਰ ਕਰਾਂਗੇ। ਬਿਲਕੁਲ, ਠੀਕ ਹੈ। ਅਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ, ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।